लो जी गोल्फ की तैयारी, गोल्फ खेलने लगे अज दिखाने थोड़ा फिर गेम अज गोल्फ की। साढ़े राज खेला भाजी एक खेड खेड लगे आए ने अज सानू गोल्फ भाजी तैयारी पूरी 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 तैयारी भाजी कितना होल खेलने जी इन्ह ने सिखाया जी मैं गोल्फ अज थोनू सारे गोल्फ विद गप्पा सुनावांगे सारे जने पहुंच गए ग्रीन दे कोले अपने दुहाना थोड़ा कितने पी है राज खेला भाजी। चलो भाजी करो नहीं बिलकुल नेड़े तो ही सिखाया भाजी। चलो चलो थोड़े तो बाद भाजी अपनी आप ही आओ फ्लैग ते जाना है। फ्लैग आ देखो फ्लैग आ फ्लैग है अपनी बॉल ये आप ही है आप ही है। ਲਓ ਜੀ ਤੇਲੋ ਸਾਹਿਬ ਲੱਗੇ ਆ ਸੈਕੰਡ ਹੋਲ ਆ ਭਾਜੀ ਨਾ ਸੈਕੰਡ ਹੋਲ ਪਹਿਲਾਂ ਜਿੱਤ ਗਿਆ ਪਹਿਲਾ ਡਰਾ ਭਾਜੀ ਗੱਡ ਸ਼ਾਟ ਗੱਡ ਸ਼ਾਟ ਭਾਜੀ ਬਿਲਕੁਲ ਸਟੇਟ ਸੀ ਸਟੇਟ ਗੁਰਵਾਨ ਮੇਰੀ ਤਰ੍ਹਾਂ ਭਾਜੀ ਦੀ ਕਰੀਮ ਹੈ ओ क्या बात है भाजी वेरी गुड भाजी वेरी गुड भाजी मेरी तो राज भाजी की एक टीम है जी उधरों जेपी भाजी एंड रूपी जी इन्हां दी एक टीम है। बेसिकली देखा जाए इंडिया वर्सेस इंडिया ही है क्लब्स के मैच ने क्या बात है रूपी जी वेरी गुड जी। चलिए गाने अपने गोल ते जेड़ा इत्थे तक है ये रूपी भाई हुण वाली टीम अगे चल रही है जी रूपी जी एंड जेपी भाजी हुणां दी उन्होंने तो पानी पीण लाते जिवें मर्जी है चढ़ाई साडी लगदी है। थैंक यू भाजी थैंक यू। ये होल 4 है जी पिछले वाला साडा ड्रॉप हो गया जेड़ा होल 3 सीगा दोनों ने असीं इकट्ठे ने इक्को जिहा पाया पार 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 बाप बिल्कुल स्ट्रेट जी ओ शॉट बाजी सीधा क्या बात है वेरी गुड शॉट बाजी ले ले कम अपनी बारी है जी इतने टाइम नाल ही है बरसातों मूहरे ना वो बीबिया लगिया हुई खेड उन्होंने अगे अगे तुरी जाना फिर साड़ी बारी आँदी जानी साढ़े मगर भी लगे हुए भाई चीने आ रहे उधरों और जी उन्होंने आता कर लिया क्रॉस हूँ असं एक बार जावे उ कूलर भी रखा है बिच हाँ खाने पीने का समान ये है जी
ਹੋਲ 6 ਜਿਹੜਾ ਤਿੰਨ ਵਾਰੀ ਚ ਪਾਰ ਕਰਨਾ ਹੁੰਦਾ ਇਹਨੂੰ ਪਾਰ ਕਹਿੰਦੇ ਨੇ। ਉਹ ਝੰਡਾ ਲੱਗਿਆ ਹੋਇਆ ਆਪਣੀ ਜਮਾਂ ਨੇੜੇ ਪਈ ਹੈ ਬਈ 7 ਤੇ। ਇਹ ਚਾਰ ਵਾਰੀ ਅਸੀਂ ਉੱਥੇ ਪਹੁੰਚ ਗਏ ਜੀ ਅੰਦਰ ਹੋਲ ਚ ਪਾਤੇ ਤਾਂ ਇਹਦਾ ਮਤਲਬ ਪਾਰ ਕਹਿੰਦੇ ਨੇ ਉਹਨੂੰ ਫਿਰ। ਚਲੋ ਬਾਬਾ ਕਿਰਪਾ ਕਰੇ ਦੇਖਦੇ ਹਾਂ ਜੀ ਡਰਾਈਵਰ ਰੂਪੀ ਗੁੱਡ ਲੱਕ ਟੀਮ ਦੀ ਵਾਰੀ ਸ਼ਾਰਟ ਭਾਜੀ ਸ਼ਾਰਟ ਜਮੀ ਉਹਦੇ ਉੱਤੇ ਮਾਰਿਆ ਭਾਜੀ ਬੋਲ ਦੇ ਵਿੱਚ ਹੀ ਨਾ ਲੱਗੇ ਕਿਤੇ ਉਹ ਗਈ ਭਾਜੀ ਬੋਲ ਦੇ ਜਮਾ ਉੱਪਰ ਹੈ ਭਾਜੀ ਬੋਲ ਦੇ ਕੋਲ ਹੀ ਹਾਂ ਹਾਂ ਸ਼ਾਰਟ ਤੁਸੀਂ ਲਾ ਚੱਲ ਚੱਲ ਥੋੜ੍ਹਾ ਜੀ ਹੋਲ ਕਿੱਧਰ ਹੈ ਪਿਛਲਾ ਅਸੀਂ ਜਿੱਤ ਗਏ ਪਰ ਅਸੀਂ 4-1 ਦੇ ਨਾਲ ਪਿੱਛੇ ਚੱਲ ਰਹੇ ਹਾਂ ਤੇ ਇਹ ਜੇ 5 ਵਾਰੀ ਚ ਆਪਾਂ ਪਾ ਗਏ ਫਿਰ ਉਹ ਬੰਦਾ ਪਾਰ ਹੈ ਜੀ। ਬਰਡੀ ਕਰਤੀ ਤਾਂ ਉਦੋਂ ਪਹਿਲਾਂ ਪਾ ਗਿਆ ਜਿਹੜਾ ਬਰਡੀ ਹੈ ਜੀ। ਐਤਕੀ ਆਪਾਂ ਬਰਡੀ ਤੇ ਸੀਗੇ ਪਰ ਫਿਰ ਵੀ ਜਿੱਤ ਗਏ। ਚਲੋ ਠੀਕ ਰਹਿ ਗਿਆ ਕੰਮ ਜਿਹਾ। 2 ਵਾਰੀ ਚ ਆਪਾਂ ਗ੍ਰੀਨ ਚ ਆਵੜੇ ਸੀਗੇ ਉੱਥੇ ਜੀ। ਚਲੋ ਪਹਿਲਾਂ 4-2 ਨਾਲ ਹੁਣ ਪੂਰੇ ਚੱਲ ਰਹੇ ਸੀਗੇ। ਆਹਾ ਸਾਡਾ ਬਰਾਬਰ ਹੋ ਗਿਆ ਜਿਹੜਾ ਹੁਣ ਆ 5ਵਾਂ ਸੀਗਾ ਹੈ ਨਾ ਜੀ। ਇਹ ਹੁਣ 11ਵਾਂ ਹੈ ਜੀ ਸਾਡਾ। ਇੱਥੇ 4 ਨਾਲ ਪਾਰ ਹੁੰਦਾ। ਪੰਗਾ ਪੈ ਗਿਆ ਕਹਾਂ ਤੋਂ ਭਾਜੀ ਬੰਦੇ ਨਾਲ ਲੈ ਕੇ ਆਇਆ ਕਰੀਏ ਆਪਾਂ ਹੈ ਜੀ। ਇਹ ਡਿਮੋਲਾਈਜ਼ ਕਰਦੇ ਨੇ ਭਾਜੀ ਅਗਲੇ ਟਰਾਲੀਆਂ ਟਰੂਲੀਆਂ ਭਰ ਕੇ ਭਾਜੀ ਬੰਦੇ ਨਾਲ ਆਉਣ ਹੈ ਨਾ ਜੀ ਵਾਕਅਪ ਕਰਨ ਵਾਲੇ। ਹਾਂਜੀ ਚਾਹੀਦਾ ਤੁਹਾਨੂੰ ਬੰਦੇ ਨਾਲ ਹਾਂਜੀ ਅੱਜ ਤਾਂ ਤੁਹਾਨੂੰ ਕਿਹਾ ਸੀ ਲੈ ਕੇ ਆਇਓ ਨਾ। ਅਗਲੇ ਵਾਰੀ ਦੇਖਿਓ ਭਾਜੀ ਟਰੱਕ ਟਰੁੱਕ ਨਾਲ ਲੈ ਕੇ ਆਇਆ ਪੂਰੇ ਬੰਦੇ ਨਾਲ ਆਉਣਗੇ ਜਿਹੜੇ ਵਾਕਅਪ ਕਰਨ ਵੀ ਚੱਕ ਦਿਓ ਫਟੇ ਟਰੱਕ ਭਰ ਕੇ। ਹਾਂਜੀ ਹਾਂ ਗ੍ਰੀਨ 'ਚ ਜਾ ਚੁੱਕੀ ਹੈ ਜੀ ਮੇਰੀ ਅਤੇ ਰਾਜ ਭਾਜੀ ਦੀ। ਉਹਨਾਂ ਨੇ ਮਾਰਿਆ ਹੁਣ ਸ਼ਾਰਟ ਇਹ ਗ੍ਰੀਨ ਤੋਂ ਨਹੀਂ ਬਾਹਰ 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 ਹੈ। ਇਹ ਗੇਮ ਅਸੀਂ ਜਿੱਤਾਂਗੇ ਜੀ। ਸਾਡੇ 2 'ਚ ਅਸੀਂ ਅੰਦਰ ਉੱਥੇ ਚਲੇ ਗਏ ਗ੍ਰੀਨ 'ਚ ਤਾਂ ਇਹਦਾ ਮਤਲਬ ਅਸੀਂ ਸਹੀ ਹਾਂ। ਰੂਪੀ ਮਾਰ ਰਿਹਾ ਉਹਨਾਂ ਦੀ ਟੀਮ ਜੀ। ਪਹਿਲੇ ਸ਼ਾਰਟ 'ਚੋਂ ਸਾਡੇ ਤੋਂ ਥੋੜ੍ਹੇ ਜਿਹੇ ਅੱਗੇ ਸੀਗੇ ਅਸੀਂ 15-10 ਮੀਟਰ ਪਿੱਛੇ ਰਹਿ ਗਏ ਸੀ ਉਹਨਾਂ ਤੋਂ ਅਤੇ ਹੁਣ ਦੇਖਦੇ ਹਾਂ ਫਿਰ ਕੀ ਬਣਦਾ ਹੈ। ਰੂਪੀ ਸ਼ਾਰਟ ਲਾ ਰਿਹਾ ਹੁਣ। ਨਹੀਂ ਨਹੀਂ ਉਹ ਤਾਂ ਉਹ ਨਹੀਂ 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 ਆਪੇ ਹੀ ਜਿੱਤਾਂਗੇ ਮੈਂ ਲਾਜ। ਸਾਡੇ ਪੂਰੇ ਫੇਰ ਜੀ ਉਹੀ ਬੀਬੀਆਂ ਸਲੋ ਖੇਡ ਰਹੀਆਂ ਨੇ ਅੱਜ ਅਤੇ ਅਸੀਂ ਆਹ ਜਿਹੜੀ ਹੁਣ 5 ਗੇਮ ਸੀਗੀ ਇਹ ਬਰਾਬਰ ਰਹਿ ਗਈ। ਫਿਰ ਅਸੀਂ 4-3 ਨਾਲ ਪਿੱਛੇ ਹਾਂ ਜੀ ਪਰ ਜਿੱਤਣਾ ਤਾਂ ਹੈਗਾ ਹੀ ਆ। ਹਾਂ ਜਿੱਤਣਾ ਭਾਜੀ ਕੋਈ ਨਾ। ਹਾਂ ਇਹਨਾਂ ਨੂੰ ਆਪਾਂ ਜੀ ਕੀ ਨਸ਼ਾ ਕਰਕੇ ਖੇਡ ਰਹੇ ਨੇ ਲੋਕ ਨਸ਼ਾ ਕਰਕੇ ਖੇਡਦੇ ਨਸ਼ਾ ਕਰ ਕਰਕੇ ਲੋਕ ਖੇਡਦੇ ਫਿਰ ਤਾਂ ਫਿਰ ਓਬਵੀਅਸਲੀ ਇਦਾਂ ਥੋੜਾ ਪਾਣੀ ਚੇਸ ਭਾਜੀ ਹਾਂਜੀ ਹੁਣ ਆ ਰਹੇ ਸੱਚੀ।
ਕੋਈ ਗੱਲ ਦੱਸਣ ਲੱਗੇ ਸੀਗੇ ਖੇਲਾ ਭਾਜੀ ਉਹ ਕੋਈ ਗਾਲੀ ਗਲੋਚ ਵਾਲੀ ਗੱਲ ਹੋਣੀ ਆ ਫਿਰ ਨਾ ਜਦੋਂ ਪਤਾ ਲੱਗਿਆ ਵੀਡੀਓ ਬਣ ਗਈ ਤਾਂ ਦੱਬ ਲਈ ਗੱਲ ਕਹਿੰਦੇ ਬਾਅਦ ਚ ਦੱਸਦਾ ਫਿਰ ਬਾਅਦ ਚ ਪੁੱਛਦਾ ਲਓ ਜੀ ਹੋਲ 14 ਇੱਥੇ ਚਾਰ ਵਾਰੀ ਚ ਪਾਰ ਅਸੀਂ 5-3 ਨਾਲ ਪਿੱਛੇ ਹੋ ਗਏ ਜੀ ਇਹ ਟੀਮ ਨਸ਼ਾ ਕਰਕੇ ਖੇਡ ਰਹੀ ਹੈ ਤਾਂ ਕਰਕੇ ਪਤਾ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਧਰ ਨੂੰ ਮਾਰਨਾ ਤਾਂ ਉਹ ਸਹੀ ਵੀ ਵੱਜ ਜਾਂਦਾ ਗੇਰੀ ਹੈ ਨਾ ਇੱਦਾਂ ਸਹੀ ਖੇਡ ਰਹੇ ਨੇ ਇਹ ਪਰ ਹੁਣ ਇੱਥੋਂ ਚਲੋ ਰਾਏ ਭਾਈ ਜਿੱਤਣੀ ਆਪਾਂ ਗੇਮ ਇਹ ਠੀਕ ਹੈ ਜੀ ਹਾਂ ਬਸ ਚੱਕ ਦੇਣਾ ਕੰਮ 5-3 ਨਾਲ ਅਸੀਂ ਪਿੱਛੇ ਹਾਂ ਇਹ ਆਹ ਜਿਹੜੀ ਨਸ਼ਾ ਕੀਤੀ ਹੈ ਟੀਮ ਜਿਹੜੀ ਹਾਂ ਡੋਪ ਟੈਸਟ ਹੋਣਾ ਜੀ ਚਲੋ ਜੀ ਚਲੋ ਦੇਖੋ ਉਹਨਾਂ ਨੇ ਇੰਨੀ ਤੇਜ਼ ਚਲਾਈ ਗੱਡੀ ਕੂਲਰ ਹੀ ਰੋੜ ਤਾ ਫਿਰ ਰੱਖਿਆ ਦੁਬਾਰਾ ਅੱਧੇ ਘੰਟੇ ਦੀ ਗੇਮ ਬਾਕੀ ਹੈ ਜੀ 5-4 ਤੇ ਅਸੀਂ ਪਿੱਛੇ ਲਾਸਟ ਹੋਲ ਹੈ ਜੀ ਹੋਲ 18 ਪੰਜ ਚ ਪਾਰ ਹੁੰਦਾ ਜੀ ਜੇ 5 ਚ ਲਾ ਕੇ ਨੇੜੇ ਅਸੀਂ ਪਾਰ ਕਰਦੇ ਨੇ ਲਓ ਜੀ ਸਨ ਇਹ ਲਾਸਟ ਆ ਸਾਡਾ ਜੀ ਇਹ ਹੁਣ ਆ ਦੇਖੋ ਇਹ ਇੱਥੋਂ ਆਪਾਂ ਕੱਟ ਲਾਤਾ ਕੱਟ ਠੀਕ ਆ ਚਲੋ ਉਤਰੋ ਉਤਰੋ ਥੱਲੇ ਵੀ ਟੀਮ ਲਾਸਟ ਹੋਲ ਯੈਸ ਆਪਣੀ ਟੀਮ ਆ ਜਾਓ ਚਲੋ ਜੀ ਬਣਦਾ ਆਪਣੀ ਵਾਲੀ ਸੀਗੀ 40 ਨੰਬਰ ਜੀ ਲਾਸਟ ਹੋਲ ਗੁੱਡ ਸ਼ਾਟ ਹਾਂ ਉੱਪਰ ਨਹੀਂ ਗਈ ਬਰਾਬਰ ਜੀ ਇੱਧਰ ਸਾਡੀ ਆਹ ਪਈ ਹੈ ਵਿਚਾਲੇ ਜੀ ਕੋਈ ਨਾ ਗੁੱਡ ਸ਼ਾਟ ਗੁੱਡ ਸ਼ਾਟ ਚਲੋ ਭਾਜੀ ਆ ਜਾਓ ਆ ਜਾਓ ਲਾਸਟ ਸ਼ਾਟ ਰਹਿ ਗਈ ਬਸ ਲਾਸਟ ਗੇਮ ਆ ਸਾਡੀ ਦੇਖਦੇ ਹਾਂ ਕੀ ਬਣਦਾ ਗੋਲਫ ਵਿਦ ਗੱਪਾਂ ਲਓ ਜੀ ਲਾਸਟ ਸ਼ਾਟ ਆ ਚਲੋ ਜੀ ਗੁੱਡ ਸ਼ਾਟ ਭਾਜੀ ਲਓ ਜੀ ਗੇਮ ਹੋ ਗਈ ਓਵਰ ਤੇ ਹੁਣ ਅਸੀਂ ਗੱਡੀਆਂ ਲੱਗਿਆ ਖਿਡਾਉਣ ਪਹਿਲਾਂ ਸਮਾਨ ਰੱਖਾਂਗੇ ਦੈਨ ਗੱਡੀਆਂ ਕਾਰਾਂ 'ਚ ਸਮਾਨ ਰੱਖ ਦਈਏ ਬਹੁਤ ਰੱਖ ਦਈਏ ਖੋਲੋ ਜੀ ਕਿੱਟ ਲਾਉਣੀ ਪੈਣੀ ਆ ਬਈ ਲੈ ਵੀ ਰੁਪਏ ਲਾ ਜੀ ਕਿੱਟ
ਚੱਲਿਆ ਸਾਰੇ ਜਣੇ ਪਰ ਤੁਹਾਨੂੰ ਇਹ ਨਹੀਂ ਦੱਸਿਆ ਵੀ ਜਿੱਤਿਆ ਕੌਣ ਹੈ ਕਿਉਂਕਿ ਜੇ ਇਹ ਦੱਸਦਾ ਨਾ ਫਿਰ ਥੋੜ੍ਹੀ ਜਿਹੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਕਿਉਂਕਿ ਆਪਣੇ ਬੰਦੇ ਹਾਰੇ ਨੇ ਜਿੱਤੇ ਵੀ ਆਪਣੇ ਬੰਦੇ ਜਿੱਤੇ ਵੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿੱਤੇ ਵੀ ਆਪਣੇ ਬੰਦੇ ਨੇ ਆਹ ਸਾਡਾ ਇੱਧਰ ਇੱਧਰ ਖੇਡੇ ਸੀ ਇੱਧਰਲੇ ਪਾਸੇ